ਸਤਿ ਸ਼੍ਰੀ ਅਕਾਲ ਜੀ, ਅਸੀਂ ਬਲਬੀਰ ਸਟੋਰ ਪੋਸਟ ਆਫਿਸ ਚੌਂਕ ਮਾਡਲ ਟਾਊਨ ਲੁਧਿਆਣਾ ਤੋਂ ਅੱਜ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਵਾਸਤੇ ਬਿਲਕੁਲ ਲੇਟੈਸਟ ਕਲੈਕਸ਼ਨ ਐਕਸਕਲੂਸਿਵ ਸੂਟ ਅਨਸਟਿਚ ਦੇ ਵਿੱਚ ਬਹੁਤ ਹੀ ਸੁਪਰ ਡੁਪਰ ਨੇ। ਕੁਛ ਪਿਓਰ ਕਰੇਬ ਉੱਤੇ ਨੇ, ਕੁਛ ਜੋਰਜਟ ਔਰਗੈਂਜ਼ਾ 'ਤੇ ਨੇ, ਕੁਛ ਬਨਾਰਸੀ 'ਤੇ ਨੇ। ਤਕਰੀਬਨ ਉਹੀ 20 ਦੇ ਆਸ ਪਾਸ ਪੀਸ ਤੁਹਾਨੂੰ ਸ਼ੋਅ ਕਰਾਂਗੇ ਅਤੇ ਕੁਛ ਪੀਸ ਡਬਲ ਡਬਲ ਨੇ, ਕੁਛ ਸਿੰਗਲ ਸਿੰਗਲ ਨੇ। ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਕੋਲ ਜੋ ਜੋ ਨਵਾਂ ਆਉਂਦਾ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਮਾਲ ਖੋਲਦੇ ਹਾਂ ਟੈਕਿੰਗ ਹੋ ਗਈ ਅਤੇ ਅਸੀਂ ਨਾਲ ਨਾਲ ਵੀਡੀਓ ਵਾਸਤੇ ਪੀਸ ਕੱਢ ਦਈਏ ਤਾਂ ਕਿ ਵੀਡੀਓ ਦੇ ਵਿੱਚ ਪੀਸ ਨਾਲ ਨਾਲ ਪਾ ਦਈਏ, ਕਿਉਂਕਿ ਬਹੁਤ ਸਾਰੇ ਕਸਟਮਰ ਨੇ ਜਿਹੜੇ ਇੰਡੀਆ ਨਹੀਂ ਆ ਰਹੇ ਜਾਂ ਪੰਜਾਬ 'ਚ ਨਹੀਂ ਆ ਰਹੇ ਜਾਂ ਲੁਧਿਆਣੇ ਸਾਡੇ ਕੋਲ ਨਹੀਂ ਆ ਰਹੇ, ਠੀਕ ਹੈ ਨਾ। ਟਾਈਮ ਨਹੀਂ ਲੱਗਦਾ ਕਈ ਵਾਰ, ਅਗਲਾ ਬਿਜ਼ੀ ਹੁੰਦਾ ਵਾ ਅਤੇ ਉਹ ਅਗਲਾ ਮੈਂ ਘਰੇ ਬੈਠ ਕੇ ਦੇਖ ਲਾਂ, ਕਿਉਂਕਿ ਮਾਲ ਤਾਂ ਉਹਨਾਂ ਨੇ ਨਵਾਂ ਹੀ ਦਿਖਾਉਣਾ ਬਲਬੀਰ ਵਾਲਿਆਂ, ਠੀਕ ਹੈ ਨਾ ਜੀ। ਅਤੇ ਇਸ ਕਰਕੇ ਅਸੀਂ ਜੋ ਨਵਾਂ ਆਉਂਦਾ ਨਾਲ ਨਾਲ ਵੀਡੀਓ ਦੇ ਵਿੱਚ ਪਾ ਦਿੰਦੇ ਹਾਂ, ਕਿਉਂਕਿ ਅੱਜ ਕੱਲ੍ਹ ਕਸਟਮਰ ਨੂੰ ਸਭ ਪਤਾ ਕਿ ਨਵਾਂ ਕੀ ਆ ਅਤੇ ਪੁਰਾਣਾ ਕੀ ਆ, ਠੀਕ ਹੈ ਜੀ। ਅਤੇ ਇਹਨਾਂ ਦੀ ਬੁਕਿੰਗ ਵਾਸਤੇ ਅਸੀਂ ਤੁਹਾਨੂੰ 3 ਨੰਬਰ ਸ਼ੋਅ ਕਰਦੇ ਹਾਂ ਹਮੇਸ਼ਾ। ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਇਹਨਾਂ 3 ਨੰਬਰਾਂ 'ਤੇ ਹੀ ਬੁਕਿੰਗ ਕਰਵਾਉਣੀ ਹੈ ਜੀ। ਇਹ 3 ਨੰਬਰ ਨੇ ਸਟੋਰ ਦੇ, 3 ਨੰਬਰਾਂ 'ਤੇ ਤੁਸੀਂ ਬੁਕਿੰਗ ਕਰਾਉਣੀ ਹੈ। ਤੁਹਾਨੂੰ ਜੋ ਜੋ ਚੰਗਾ ਲੱਗਦਾ ਇਹਨਾਂ ਨੰਬਰਾਂ 'ਤੇ ਪਿੱਕ ਭੇਜ ਕੇ ਆਪਣੀ ਫੀਸ ਫਾਈਨਲ ਕਰ ਸਕਦੇ ਹੋ। ਫਿਰ ਅਸੀਂ ਇੱਕ ਨਵੀਂ ਐਡੀਸ਼ਨ ਨਾਲ ਸ਼ੁਰੂ ਕੀਤੀ ਆ ਹੋਲਸੇਲ ਦੇ ਵਿੱਚ। ਅਗਰ ਤੁਸੀਂ ਹੋਲਸੇਲ ਦੇ ਵਿੱਚ ਬਾਏ ਕਰਨਾ ਚਾਹੁੰਦੇ ਹੋ, ਤੁਹਾਡਾ ਬੁਟੀਕ ਹੈ ਜਾਂ ਤੁਹਾਡਾ ਕੋਈ ਸ਼ੋਰੂਮ ਹੈ, ਤੁਹਾਡਾ ਤੁਸੀਂ ਚਲਾ ਰਹੇ ਹੋ ਜਾਂ ਤੁਸੀਂ ਨਵਾਂ ਕਰਨਾ ਚਾਹੁੰਦੇ ਹੋ, ਫਿਰ ਤੁਸੀਂ ਇਹਨਾਂ ਨੰਬਰਾਂ 'ਤੇ ਕੰਟੈਕਟ ਕਰਕੇ ਹੋਲਸੇਲ ਦੇ ਵਿੱਚ ਬਲਕ ਦੇ ਵਿੱਚ ਸ਼ੋਪਿੰਗ ਕਰ ਸਕਦੇ ਹੋ। ਲਓ ਜੀ, ਫਸਟ ਪੀਸ ਇਹੀ ਹੈਗਾ ਨੇਵੀ 'ਤੇ ਡੰਮੀ 'ਚ ਪਾਇਆ ਹੋਇਆ। ਬੇਟਾ ਨੀਚੇ ਮਸ਼ਰੂਮ ਬੋਲ ਦੇ ਪਹਿਲਾਂ, ਇਹ ਆਪਣੇ ਪਾਸ ਲਿਆ ਸਭ ਕੁਛ ਵਾਹੀ ਰੱਖ ਲਈ। ਇਹਦੇ 'ਚ ਦੂਜੇ ਕਲਰ ਆਪਾਂ ਮਸਟਰਡ ਤੋਂ ਸ਼ੁਰੂ ਕਰਾਂਗੇ। ਇਹ ਪਿਓਰ ਕਰੇਬ ਦੇ ਵਿੱਚ ਆਈਟਮ ਹੈ ਜੀ, ਇਹ ਮੋਸਟਲੀ ਆਈਟਮ ਆ ਰਹੀ ਸੀ ਤਕਰੀਬਨ 6000 6.5 ਦੇ ਵਿੱਚ, ਹੁਣ ਵੀ ਆ ਰਹੀ ਹੈ, ਮਤਲਬ ਉਹ 6-6.5 'ਚ ਹੁਣ ਵੀ ਆ ਰਹੀ ਆ ਉਹ। ਲਓ ਜੀ, ਪਿਓਰ ਕਰੇਬ ਉੱਤੇ ਪ੍ਰਿੰਟਿੰਗ ਹੈ, ਜਿੰਨਾ ਵੀ ਪ੍ਰਿੰਟ ਆ ਤੁਸੀਂ ਦੇਖ ਰਹੇ ਹੋ, ਆ ਦੇਖੋ ਆਹ ਪ੍ਰਿੰਟ ਆ ਗਿਆ ਇਕੱਲਾ, ਆ ਉੱਤੇ ਸਾਰੀ ਇਹਦੀ ਆਊਟਿੰਗ ਆ ਗਈ। ਸਿੱਪੀ ਦਾ ਕੰਮ ਹੈ ਸਾਰਾ, ਸਾਰਾ ਹੈਂਡਵਰਕ ਹੈ ਜੀ, ਸਿੱਪੀ ਦਾ ਕੰਮ ਹੈ ਇਹਦੇ 'ਚ। ਅਤੇ ਨਾਲ ਨਾਲ ਇਹਦੇ 'ਚ ਤਿੱਲੇ ਦਾ ਕੰਮ ਆਏਗਾ, ਗੋਟੇ ਦਾ ਕੰਮ ਆਏਗਾ, ਇਹ ਬਰਡਸ ਨੇ ਸਾਰੇ ਪ੍ਰੋਪਰ, ਉਹਨੂੰ ਹਾਈਲਾਈਟ ਕੀਤਾ ਹੋਇਆ ਦੇਖੋ। ਨੀਚੇ ਸਕੈਲਪਿੰਗ ਦੇ ਵਿੱਚ ਘੇਰਾ ਆਏਗਾ, ਉੱਪਰ ਸਾਰੀ ਪ੍ਰਿੰਟਿੰਗ ਹੈ, ਉੱਪਰ ਨੈਕ ਦੀ ਸੈਟਿੰਗ ਦਿੱਤੀ ਹੋਈ ਹੈ। ਇੱਦਾਂ ਹੀ ਸੇਮ ਇਹਦੀ ਬੈਕ ਆਏਗੀ, ਫੁੱਲ ਬਾਜ਼ੂ ਦੀ ਆਪਸ਼ਨ ਹੈ ਨਾਲ, ਇਹ ਬਾਜ਼ੂ 'ਤੇ ਪ੍ਰਿੰਟਿੰਗ ਆਏਗੀ ਦੇਖੋ। ਇਹਦੇ 'ਚ ਖਾਸੀਅਤ ਕੀ ਹੈ ਕਿ ਕੋਈ ਵੀ ਵੱਡੇ ਤੋਂ ਵੱਡਾ ਸਾਈਜ਼ ਕਵਰ ਹੋ ਜਾਂਦਾ, ਜਿਵੇਂ ਅੱਜ ਕੱਲ੍ਹ ਠੀਕ ਹੈ ਹਰ ਇੱਕ ਨੇ ਆਪਣੇ ਹਿਸਾਬ ਨਾਲ ਚੀਜ਼ ਪਾਣੀ ਹੈ। ਦੇਖੋ 22-23-24-27-28 ਤੱਕ ਇਹ ਨੋਰਮਲ ਬਣ ਜਾਂਦੇ ਹਰ ਸੂਟ ਦੇ। ਜਿਵੇਂ ਆਹ ਤੁਸੀਂ ਦੇਖ ਰਹੇ ਹੋ, ਆਪਾਂ ਜਿਵੇਂ 30 ਘੇਰਾ ਬਣਾਉਣਾ, 32 ਘੇਰਾ ਬਣਾਉਣਾ, ਮਤਲਬ 30-32 ਵੀ ਬਹੁਤ ਜ਼ਿਆਦਾ ਵੱਡਾ ਘੇਰਾ ਹੋ ਜਾਂਦਾ ਵਾ, ਠੀਕ ਹੈ। ਕਈਆਂ ਨੂੰ ਕਈਆਂ ਸਾਈਜ਼ ਵੱਧ ਜਾਂਦੇ ਨੇ, ਆਪਾਂ ਨੂੰ ਜਿਵੇਂ 28-30-32 ਇੰਚ ਵੀ ਘੇਰਾ ਕਰਨਾ ਅਤੇ ਲੰਬਾਈ ਆਪਾਂ ਨੂੰ ਜਿੰਨੀ ਮਰਜ਼ੀ ਕਰ ਸਕਦੇ ਹਾਂ, ਮਤਲਬ ਇਹਦੇ 'ਚ ਇਹਦਾ ਇਹ ਚੀਜ਼ ਦਾ ਵਾਧਾ ਹੈ। ਦੁਪੱਟਾ ਵੀ ਚਨੌਣ 'ਚ ਪਾਉਂਦਾ ਵਾ, ਚਾਰੇ ਪਾਸੇ ਹਲਕੀ ਹਲਕੀ ਸਮੋਸਾ ਲੇਸ ਹੈ, ਪ੍ਰਿੰਟਿੰਗ ਉੱਤੇ ਹਲਕੀ ਹਲਕੀ ਆਊਟਿੰਗ ਹੈ, ਪਿਓਰ ਕਰੀਬ ਦੇ ਵਿੱਚ ਹੈ, ਪੂਰੀ ਸ਼ਰਟ ਦਾ ਫਰੰਟ ਹੈ, ਪ੍ਰੋਪਰ ਬੈਕ ਹੈ, ਫੁੱਲ ਬਾਜ਼ੂ ਹੈ, ਚਨੌਣ 'ਚ ਪਾਉਂਦੀ ਚੁੰਨੀ। ਆਈਟਮ ਨੰਬਰ ਅੱਜ ਦੀ ਵੀਡੀਓ ਦੀ 1 ਅਤੇ ਪ੍ਰਾਈਜ਼ ਇਹਦਾ ਪਏਗਾ ਸਿਰਫ 3780 ਰੁਪਈਏ। ਅਤੇ ਦੂਜਾ ਕਲਰ ਇਹ ਹੈਗਾ ਡੰਮੀ 'ਤੇ ਪਾਇਆ ਨੇਵੀ ਬਲੂ, ਬਹੁਤ ਹੀ ਪਿਆਰਾ ਕਲਰ ਹੈ ਜੀ, ਉਹ ਵੀ ਪ੍ਰਿੰਟਿੰਗ ਸੇਮ ਹੈ, ਸਭ ਕੁਛ ਸੇਮ ਹੈ, ਸਿਰਫ ਕਲਰ ਚੇਂਜ ਹੈ। 1 ਨੰਬਰ ਆਈਟਮ 3780। ਚਲੋ ਜੀ, ਆਪਣੇ ਲਓ ਜੀ, ਕਿਆ ਆਈਟਮ ਮੇਰੇ ਕੋਲ ਆਈ ਆ, ਪਿਓਰ ਮੈਸੂਰ ਦੇ ਵਿੱਚ ਆਈਟਮ ਆਈ ਜੀ, ਅਲੀ ਮੈਸੂਰ ਜੋਰਜਟ 'ਚ ਚੀਜ਼ਾਂ ਸਾਡੇ ਕੋਲ ਡੇਲੀ ਨਵੀਆਂ ਆਉਂਦੀਆਂ ਜੀ। ਤੁਸੀਂ ਕਦੇ ਤੁਹਾਡਾ ਚੱਕਰ ਲੱਗੇ ਤਾਂ ਜ਼ਰੂਰ ਆਉਣਾ ਬਲਬੀਰ ਸਟੋਰ। ਹਾਂਜੀ, ਮੇਰੇ ਖਿਆਲ ਬਹੁਤ ਸਾਰੇ ਨਹੀਂ ਆਏ ਹੋਣਗੇ, ਐਸੀ ਗੱਲ ਨਹੀਂ, ਪਰ ਸਾਡੀ ਦੁਕਾਨ ਲੱਭਣੀ ਬਹੁਤ ਈਜ਼ੀ ਹੈ। ਤੁਸੀਂ ਲੁਧਿਆਣੇ ਆ ਗਏ, ਬੱਸ ਅੱਡੇ ਤੋਂ ਸਿਰਫ, ਮਤਲਬ ਜੇ ਤੁਸੀਂ ਤੁਰ ਕੇ ਵੀ ਆਉਂਗੇ ਨਾ ਤਾਂ ਵੀ 5 ਮਿੰਟ ਤੁਹਾਨੂੰ ਲੱਗਣੇ ਨੇ, ਬੱਸ ਅੱਡੇ ਤੋਂ ਤੁਰ ਕੇ ਵੀ ਆਉਂਗੇ ਤਾਂ 5 ਮਿੰਟ ਲੱਗਣੇ ਆ।
ਗੱਡੀ ਦੇਵਾਂਗੇ ਤਾਂ ਵੀ 5 ਮਿੰਟ ਲੱਗਣੇ, ਕਿਉਂਕਿ ਪੁੱਲ ਦੇ ਨੀਚੇ ਦੇ ਆ ਜਾਣਾ, ਪੁੱਲ ਪਾਰ ਕਰਕੇ ਜਾਣਾ ਉੱਪਰ ਦੀ ਪਾਸੇ, ਨਹੀਂ ਫਰਕ। ਇਹ ਮੈਸੂਰ ਜੋਰਜਟ ਹੈ ਸਾਰਾ ਜੀ, ਉਹਦੇ 'ਚ ਹਲਕੀ ਹਲਕੀ ਲਾਈਟ ਗੋਲਡਨ ਵੀਵਿੰਗ ਆਏਗੀ। ਦੇਖੋ ਪਹਿਲਾਂ ਨੀਚੇ ਘੇਰਾ ਆ ਗਿਆ, ਇਹਦੇ 'ਚ ਵੀ ਉਹੀ ਆਪਸ਼ਨ ਹੈ, ਜਿੱਡਾ ਵੱਡਾ ਮਰਜ਼ੀ ਸਾਈਜ਼ ਆਪਾਂ ਬਣਾ ਸਕਦੇ ਹਾਂ। ਇਹ ਦੇਖੋ ਪੂਰੀ ਸ਼ਰਟ ਦਾ ਫਰੰਟ ਹੈ, ਇਹ ਪਹਿਲਾਂ ਨੀਚੇ ਘੇਰਾ ਆ ਗਿਆ, ਇਹ ਪੈਨਲ ਆ ਗਿਆ, ਆ ਵਿੱਚ ਬੂਟੇ ਆ ਗਏ ਪੈਨਲ ਦੇ। ਦੇਖੋ ਵੀਵਿੰਗ ਦੇਖੋ ਕਿੰਨੀ ਪਿਆਰੀ ਹੈ। ਇਹ ਸਾਰਾ ਮੈਸੂਰ ਜੋਰਜਟ ਹੈ। ਕਈਆਂ ਨੂੰ ਕੁੜੀਆਂ ਨੂੰ ਨਹੀਂ ਪਤਾ ਹੁਣ ਅੱਜ ਕੱਲ੍ਹ ਮੈਸੂਰ ਜੋਰਜਟ ਕੀ ਹੁੰਦੀ ਆ, ਪਰ ਜਿਹੜੇ ਥੋੜ੍ਹੇ ਜਿਹੇ ਚੱਲ ਬੇਟੇ ਅੱਗੇ ਚੱਲ, 60-70 ਵਾਲੇ ਵੋਰਨ ਹੈਗੇ, ਉਹਨਾਂ ਨੂੰ ਪਤਾ ਹੋਊਗਾ, ਜਿਹੜਾ 50-55 ਵਾਲੇ ਵੋਰਨ, 60-70 ਵਾਲੇ ਵੋਰਨ ਹੈਗੇ ਨੇ, ਉਹਨਾਂ ਨੂੰ ਪਤਾ ਹੋਊਗਾ ਸਾਰਾ ਕੁਛ। ਆ ਦੇਖੋ ਨਾਲ ਦੁਪੱਟਾ, ਇਹਦੇ 'ਚ ਦੁਪੱਟਾ ਵੀ ਸੇਮ ਮੈਸੂਰ ਦਾ ਹੀ ਆਏਗਾ, ਮੈਸੂਰ ਜੋਰਜਟ ਦਾ, ਜਿਵੇਂ ਬਿੰਨੀ ਦੇ ਪਹਿਲਾਂ ਚੱਲਦੇ ਹੁੰਦੇ ਸੀ ਉਹੀ ਕੋਨਸੈਪਟ ਆ ਗਿਆ ਹੁਣ। ਹੁਣ ਇਹ ਵਾਸ਼ੇਬਲ ਦੇ ਵਿੱਚ ਆਈਟਮ ਆ ਗਈ। ਦੇਖੋ ਦੂਜਾ ਕਲਰ 'ਚ ਲਵੈਂਡਰ ਮੂਵ ਕਲਰ ਹੈ, ਬਹੁਤ ਹੀ ਪਿਆਰਾ ਆਰਟੀਕਲ ਹੈ ਜੀ, ਜਿੱਦਾਂ ਮਰਜ਼ੀ ਘਰੇ ਧੋ ਲਓ ਪਾ ਲਓ, ਕੋਈ ਦਿੱਕਤ ਨਹੀਂ। 2 ਨੰਬਰ ਆਈਟਮ 44-90। ਹਾਂਜੀ ਊਸ਼ਾ ਜੀ ਸਤਿ ਸ਼੍ਰੀ ਅਕਾਲ ਜੀ, ਨਾਈਸ ਕਲੈਕਸ਼ਨ, ਥੈਂਕ ਯੂ ਜੀ, ਬਹੁਤ ਸੁੰਦਰ, ਵੈਰੀ ਗੁੱਡ। ਲਓ ਜੀ, ਇਹ 'ਚ ਮੇਰੇ ਕੋਲ 2 ਤਰ੍ਹਾਂ ਦੇ ਚਾਰਟ ਆਏ ਨੇ, ਇਹ ਤੁਸੀਂ ਆਈਟਮ ਅਸੀਂ ਬਹੁਤ ਪਾਉਂਦੇ ਹਾਂ, ਬਹੁਤ ਸੇਲ ਹੁੰਦੀ ਸਾਡੇ ਕੋਲ ਜੀ। ਨੈੱਕ ਉੱਤੇ ਸਿਰਫ ਆਰੀ ਦਾ ਕੰਮ ਹੈ, ਪੱਤਰਾ ਦੇ ਕੇ ਬਸ ਇਹ ਚੜ੍ਹਦੀ, ਉੱਤੇ ਆ ਬੂਟੀ ਆਏਗੀ, ਸਟਾਰ ਬੂਟੀ, ਨੀਚੇ ਘੇਰਾ ਆਏਗਾ। ਇੱਦਾਂ ਹੀ ਸੇਮ ਬੈਕ ਹੈ, ਫੁੱਲ ਬਾਜੂ ਦੀ ਆਪਸ਼ਨ ਹੈ, ਬੋਟਮ ਸੈਲਫ ਪ੍ਰਿੰਟ ਆਏਗੀ, ਦੁਪੱਟਾ ਇੱਦਾਂ ਆਏਗਾ ਪ੍ਰਿੰਟਿੰਗ ਦੇ ਵਿੱਚ। ਇਹ ਬਲੈਕਿਸ਼ ਜਾਂ ਬਰਾਊਨ ਨਾਲ ਆ, ਦੁਪੱਟੇ ਦੇ ਪੱਲਿਆਂ ਉੱਤੇ ਪ੍ਰਿੰਟਿੰਗ ਹੈ, ਸੈਂਟਰ ਦੇ ਵਿੱਚ ਸੈਲਫ ਹੈ, ਚਾਰੇ ਪਾਸੇ ਐਮਬਰਾਇਡਰੀ ਹੈ, ਨਾਲ ਨਾਲ ਸਮੋਸਾ ਲੇਸ ਹੈ। ਦੂਜਾ ਕਲਰ ਆਏਗਾ ਚੈਰੀ ਮੈਰੂਨ ਕਲਰ ਵਿੱਚ, ਬਾਕੀ ਯਾਰ ਜ਼ਬਰਦਸਤ ਹੈ। ਇੱਕ ਇੰਚ ਪੇਸਟਲ ਚਾਰਟ ਆਇਆ, ਤੁਹਾਨੂੰ ਬਾਅਦ ਦਿਖਾਊਂਗਾ। ਦੇਖੋ ਗੱਲਬਾਤ ਹੈ ਨਾ ਪੀਸ ਦੀ ਜੀ। ਦੋ ਜੀ ਪ੍ਰਾਈਸ ਸਿਰਫ 2720 ਰੁਪਈਏ, ਆਈਟਮ ਨੰਬਰ 3। ਵੈਰੀ ਗੁੱਡ, ਚਲੋ ਅੱਗੇ ਜੀ। ਲਓ ਜੀ, ਇੱਕ ਇਹ ਵੀ ਚੀਜ਼ ਬਹੁਤ ਪਿਆਰੀ ਹੈ ਜੀ ਅਲੀ, ਇਹ ਸਾਰਾ ਵੋਵਨ ਦੇ ਵਿੱਚ ਕੋਨਸੈਪਟ ਆ ਸਾਰਾ ਜੀ, ਅਲਾ ਪਿਓਰ ਜੋਰਜਟ ਔਰਗੈਂਜ਼ਾ ਫੈਬਰਿਕ ਹੈ, ਉਹਦੇ ਵਿੱਚ ਪਹਿਲਾਂ ਟਿਸ਼ੂ ਫੈਬਰਿਕ ਹੈ, ਉਹਦੇ ਵਿੱਚ ਬਨਾਰਸੀ ਬੂਟੀ ਹੈ, ਫਿਰ ਉਹਦੇ 'ਤੇ ਉੱਤੇ ਆਊਟਿੰਗ ਹੈ, ਇਹਦੇ 'ਤੇ ਬਹੁਤ ਹੀ ਖੂਬਸੂਰਤ ਨੈੱਕ ਬਣਿਆ ਹੋਇਆ। ਆ ਦੇਖੋ ਸਾਰਾ ਹੈਂਡ ਵਰਕ ਹੈ ਇਹਦੇ 'ਚ, ਬਿਲਕੁਲ ਬਾਰੀਕ ਬਰੀਕ ਕੰਮ ਹੈ, ਦਬਕੇ ਦਾ ਕੰਮ ਹੈ, ਪਰਲਸ ਦਾ ਕੰਮ ਹੈ, ਹਲਕਾ ਹਲਕਾ ਕੜਦਾਨਾ ਲੱਗਿਆ ਹੋਇਆ, ਨਾਲ ਦੁਪੱਟਾ ਬਹੁਤ ਐਕਸਕਲੂਸਿਵ ਹੈ। ਮਤਲਬ ਇਹ ਚੀਜ਼ਾਂ ਨੇ ਨਖਰੇ ਵਾਲੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਦੇ ਰਿਹਾ ਜੀ ਅਲੀਆਂ, ਮਤਲਬ ਆਮ ਨਾਲੋਂ ਹਟ ਕੇ ਚੀਜ਼ਾਂ, ਦੁਪੱਟਾ ਦੇਖੋ ਜਰਾ ਤੁਸੀਂ ਜੀ, ਵਾਕਈ ਮਤਲਬ ਚੀਜ਼ ਜਿੱਥੇ ਪਾਇਆ ਹੋਏਗਾ ਨਾ ਅਤੇ ਵਾਓ ਵਾਲੀ ਫੀਲਿੰਗ ਆਉਣੀ ਹੈ ਜੀ। ਦੂਜਾ ਕਲਰ 'ਚ ਹੈਗਾ ਲਾਈਟ ਜਿਹਾ ਆਈਸ ਬਲੂ, ਗ੍ਰੀਨਿਸ਼ ਕਹਿ ਲਓ, ਮਤਲਬ ਬਲੂ ਕਹਿ ਲਓ, ਮਤਲਬ ਬਹੁਤ ਹੀ ਲਾਈਟ ਜਿਹਾ ਕੰਮ ਹੈ, ਕੰਮ ਦੇਖੋ ਤੁਸੀਂ ਕੀਤਾ ਆ ਇਹ। ਮੈਡਮ ਇੱਥੇ ਤੁਹਾਨੂੰ ਤੁਸੀਂ ਕਿਸੇ ਵੀ ਬੁਟੀਕ ਤੋਂ ਸਟਿਚ ਕਰਾਓਗੇ ਨਾ, ਮੇਰੀ ਗਰੰਟੀ ਤੁਹਾਨੂੰ 4000 ਤੋਂ ਘੱਟ ਤੁਹਾਨੂੰ ਕੰਮ ਨਹੀਂ ਤੁਹਾਨੂੰ ਕਰਕੇ ਦੇਣਾ, ਜਿੰਨਾ ਕੰਮ ਕੀਤਾ। ਟੋਟਲ ਸਾਰਾ ਹੈਂਡਵਰਕ ਹੈ, ਦੁਪੱਟਾ ਸਾਰਾ ਤਿਆਰ ਹੈ, ਪ੍ਰਿੰਟਿੰਗ ਹੈ, ਵੀਵਿੰਗ ਹੈ, ਸਭ ਕੁਛ ਓਕੇ। ਦੇਖੋ ਜੀ, ਆਈਟਮ ਨੰਬਰ ਅੱਜ ਦੀ ਵੀਡੀਓ ਦੀ 4 ਅਤੇ ਪ੍ਰਾਈਜ਼ ਹੈਗਾ 4850 ਓਨਲੀ, ਦੋਨੇ ਕਲਰ ਐਕਸਕਲੂਸਿਵ। ਚਲੋ ਬਸ ਕਰੀ, ਚਲੋ ਕੋਈ ਨਾ, ਇੱਥੋਂ ਨੀਚੇ ਥੋੜ੍ਹ ਇੱਧਰ ਨੂੰ। ਲਓ ਜੀ, ਇੱਕ ਇਹ ਵਿੱਚ ਹੀ ਦੇਖਣਾ ਜਿਹੜਾ ਪਿਓਰ ਮਹੇਸ਼ਵਰੀ ਦੇ ਵਿੱਚ ਆਈਟਮ ਆਈ ਜੀ ਅਲੀ, ਪਿਓਰ ਮਹੇਸ਼ਵਰੀ ਦੇ ਵਿੱਚ ਸਾਰੀ ਵੀਵਿੰਗ ਹੈ ਜੀ ਅਲੀ। ਇਹ ਤੁਸੀਂ ਨਲੀਜ਼ ਦਾ ਨਾਮ ਸੁਣਿਆ ਹੋਏਗਾ, ਉਹਨਾਂ ਦਾ ਹੀ ਕੋਨਸੈਪਟ ਹੈਗਾ, ਪਿਓਰ ਮਹੇਸ਼ਵਰੀ ਵੀਵਿੰਗ ਦੇ ਵਿੱਚ ਹੈ। ਔਰ ਤੁਸੀਂ ਰੇਟ ਸੁਣੋਗੇ, ਤੁਸੀਂ ਵਾਕਈ ਕਹੋਗੇ ਪੀਸ ਭਾਜੀ ਮੈਨੂੰ ਸਾਰੇ ਦੇ ਦਿਓ ਜੀ। ਅਲਾ ਬਟਰ ਸਿਲਕ ਦੀ ਬੋਟਮ ਹੈ, ਇਹ ਤਕਰੀਬਨ ਪੀਸ 8-9 ਹਜ਼ਾਰ ਦੇ ਆਉਂਦੇ ਨੇ। ਆਹ ਦੇਖੋ ਦੁਪੱਟਾ, ਰੀਅਲ ਜ਼ਰੀ ਦਾ ਦੁਪੱਟਾ ਵਾ, ਉਹਦੇ 'ਚ ਬਾਂਧਨੀ ਪ੍ਰਿੰਟ ਹੈ, ਵੀਵਿੰਗ ਹੈ, ਚਾਰੇ ਪਾਸੇ ਐਕਸਕਲੂਸਿਵ ਐਂਟੀ ਗੋਲਡ ਦਾ ਬਾਰਡਰ ਹੈ। ਇੱਕ ਇਹ 'ਚ ਮੈਰੂਨ ਕਲਰ ਹੈ, ਦੂਜਾ ਨੇਵੀ ਕਲਰ ਹੈ, ਇਹਦੇ 'ਚ ਦੂਜਾ ਨੇਵੀ ਬਲੂ ਕਲਰ ਹੈ ਯਾਰ। ਲਓ ਜੀ, ਲਓ ਜੀ ਪ੍ਰਾਈਜ਼ ਕੀ ਆ, ਪਿਓਰ ਮਹੇਸ਼ਵਰੀ ਉੱਤੇ ਦੁਪੱਟਾ ਵੀ ਨਾਲ ਇਹਦੇ ਓਵਨ ਦੇ ਵਿੱਚ ਹੈ,
ਪੰਜ ਮਰਟਮ ਸਿਰਫ 2970 ਹੈ। ਤੁਸੀਂ ਗਿਫਟਿੰਗ ਵਾਸਤੇ ਵੀ ਲੈ ਲਓ ਤਾਂ ਵੀ ਪੀਸ ਬਹੁਤ ਪਿਆ ਜਿਹੜਾ। ਚਲੋ ਓਕੇ ਜੀ, ਲਓ ਜੀ ਕਿਹਾ ਵੀ ਚੀਜ਼ ਸਾਡੀ ਆਪਣੀ ਬਣ ਰਹੀ ਹੈ, ਪਿਓਰ ਜੋਰਜਟ ਔਰਗੈਂਜ਼ਾ ਉੱਤੇ ਆਈਟਮ ਆਈ ਹੈ। ਇਹਦੇ ਨਾਲ ਦੁਪੱਟਾ ਅਸੀਂ ਥੋੜ੍ਹਾ ਜਿਹਾ ਡਿਫਰੈਂਟ ਕਰਤਾ, ਦੁਪੱਟਾ ਅਸੀਂ ਕੋਟਾ ਫੈਬ ਦੇ ਵਿੱਚ ਦੇਤਾ ਹੁਣ ਸਾਰਾ ਜਿਹੜਾ। ਦੇਖੋ ਜੀ, ਮਤਲਬ ਸੂਟ ਦਾ ਕਲਰ ਕੋਈ ਵੀ ਹੋਏਗਾ, ਇੰਬਰਾਇਡਰੀ ਉੱਤੇ ਬਲੈਕ ਹੀ ਹੋਏਗੀ। ਵੈਰੀ ਗੁੱਡ, ਦੇਖੋ ਸੌਖਾ ਕੰਮ ਨਾ ਕਰਨਾ, ਕੋਈ ਵੀ ਪੀ ਚੱਕਿਆ ਅਤੇ ਕਾਲਾ ਧਾਗਾ ਫੇਰਤਾ। ਬਾਕੀ ਅਸੀਂ ਗੱਲ ਹੀ ਮਿਹਨਤ ਨਾਲ ਚੀਜ਼ਾਂ ਬਣਦੀਆਂ ਨੇ, ਆ ਵਿੱਚ ਵਿੱਚ ਹਲਕਾ ਹਲਕਾ ਐਂਟੀਕ ਤਿੱਲਾ ਵੀ ਚੱਲਦਾ ਪਿਆ। ਉੱਪਰ ਇੱਕ ਬੂਟਾ ਆਏਗਾ ਇਹਦੇ ਵਿੱਚ। ਹਾਂਜੀ ਤੁਸੀਂ ਕਹਿ ਰਹੇ ਸੀਗੇ ਬੋਟਮ ਸਿਲਕ ਦੀ ਆਏਗੀ, ਬੋਟਮ ਦੇ ਵੀ ਕੰਮ ਹੈ ਇਹਦੇ। ਵੈਰੀ ਗੁੱਡ, ਮੈਂ ਤਾਂ ਪਹਿਲੀ ਵਾਰ ਦੇਖਿਆ ਬੋਟਮ ਦੇ ਵੀ ਕੰਮ ਆਇਆ ਜੀ। ਚਲੋ ਵਧੀਆ, ਕਿਸੇ ਦੱਸਦਾ ਬੇਟੇ ਮੈਨੂੰ ਪਤਾ ਨਹੀਂ ਸੀਗਾ। ਨੈਕ ਉੱਤੇ ਬਰੋਚ ਆਏਗਾ ਇੱਕ, ਉੱਤੇ ਹਲਕੇ ਜਿਹੇ ਬਟਨ ਨੇ। ਹੁਣ ਦੇਖੋ ਦੁਪੱਟਾ, ਦੁਪੱਟੇ ਦੇ ਦੋਨੇ ਲੈਂਥ ਵਾਲੇ ਪਾਸੇ ਐਮਬਰਾਇਡਰੀ ਹੈ। ਲਓ ਜੀ, ਇੱਕ ਹੈਗਾ ਮੋਬਿਸ਼ ਪਿੰਕ, ਦੂਜਾ ਹੈਗਾ ਗਰੇ ਕਲਰ, ਦੋਨੇ ਪੜ੍ਹੇ ਲਿਖੇ ਰੰਗ ਨੇ ਤੁਹਾਡੇ ਵਾਂਗੂ ਜੀ। ਲਓ ਜੀ, ਲਓ ਜੀ ਪ੍ਰਾਈਜ਼ ਕੀ ਨਿਕਲਿਆ, ਬਹੁਤ ਹੀ ਸੁਪਰ ਰੇਟ ਆ ਜੀ, ਮਤਲਬ ਨਾ ਮਾਤਰ ਰੇਟ ਹੈ। 6 ਨੰਬਰ ਆਈਟਮ 3570। ਚਲੋ ਅੱਗੇ ਜੀ, ਚੀਜ਼ਾਂ ਫਾਸਟ ਚੱਲੀਆਂ ਨੇ, ਪੀਸ ਸਾਰੇ ਨਵੇਂ ਆ ਰਹੇ ਅੱਜ। ਲਓ ਜੀ, ਕਿਆ ਪਿਓਰ ਚਨੌਨ ਦੇ ਉੱਤੇ ਆਈਟਮ ਆਈ ਜੀ ਵਾਲੀ। ਇਹ ਸਾਰਾ ਨੋਟ ਦਾ ਕੰਮ ਹੈ ਜੀ, ਇਹਦਾ ਕੈਲਕਟਾ ਦੇ ਵਿੱਚ ਕੰਮ ਹੈ, ਸਾਰਾ ਬੰਗਾਲੀ ਕਾਰੀਗਰ ਦਾ ਕੰਮ ਹੈ ਜੀ। ਇਹ ਕੋਈ ਚਨੌਨ ਸ਼ਿਫੋਨ ਹੈ ਬਲੈਕ ਕਲਰ ਦੀ, ਉਹਦੇ 'ਤੇ ਇਸ ਦਾ ਸਾਰਾ ਨੋਟ ਦਾ ਕੰਮ ਹੈ ਰੇਸ਼ਮ ਦਾ। ਇਹ ਬੂਟੀ ਆਏਗੀ ਨਾਲ ਇਹਦੀ, ਦੁਪੱਟਾ ਖੋਲੋ ਜੀ, ਦੁਪੱਟਾ ਸ਼ਿਫੋਨ ਦਾ, ਉਹਦੇ 'ਤੇ ਬੂਟੀ ਬਸ। ਆਹ ਲੁੱਕ ਆਏਗੀ ਜੀ, ਦੋ ਕਲਰ ਨੇ ਜੀ, ਇੱਕ ਬਲੈਕ ਉੱਤੇ ਗਰੇ ਥਰੈਡ ਆ ਗਿਆ ਜੀ ਇਹਦਾ, ਦੂਜਾ ਆਫ ਵਾਈਟ ਉੱਤੇ ਬਲੂ ਥਰੈਡ ਆ ਗਿਆ ਇਹਦੇ ਵਿੱਚ। 7 ਨੰਬਰ ਆਈਟਮ ਜੀ 3410 ਰੁਪਈਏ ਜੀ। ਨੈਕਸਟ, ਚਲੋ ਜੀ ਫਾਸਟ। ਉਹ ਜੀ, ਉਹਦੇ 'ਚ ਆਹ ਪੇਸਟਲ ਚਾਟ ਆ ਗਿਆ, ਮੀਡੀਅਮ ਚਾਟ, ਮਤਲਬ ਇਹ ਮੋਵ ਕਲਰ ਹੈ। ਇੱਕ ਪਹਿਲਾਂ ਬਲੈਕ ਸੀ, ਇੱਕ ਮੈਰੂਨ ਸੀਗਾ, ਇਹ ਹੁਣ ਆ ਗਿਆ ਮੋਵ ਕਲਰ ਦੇ ਵਿੱਚ। ਬਾਂਧਨੀ ਪ੍ਰਿੰਟ ਹੈ, ਨੈਕ ਉੱਤੇ ਹਲਕਾ ਹਲਕਾ ਸ਼ੀਸ਼ੇ ਦਾ ਕੰਮ ਆਏਗਾ ਆਰੀ ਨਾਲ। ਫੁੱਲ ਬਾਜੂ ਦੀ ਆਪਸ਼ਨ ਹੈ, ਦੁਪੱਟਾ ਸ਼ਿਫੋਨ ਦਾ, ਬਟਰ ਸਿਲਕ ਦੀ ਬੋਟਮ ਹੈ, ਉਹਦੇ 'ਤੇ ਵੀ ਪ੍ਰਿੰਟਿੰਗ ਆਉਂਦੀ ਇੱਦਾਂ। ਇਹ ਦੁਪੱਟਾ ਸ਼ਿਫੋਨ ਦਾ, ਸੈਂਟਰ ਵਿੱਚ ਸਲਵਾਰ ਵਾਲੀ ਪ੍ਰਿੰਟਿੰਗ ਆ, ਸਾਈਡਾਂ 'ਤੇ ਸ਼ਰਟ ਵਾਲੀ, ਚਾਰੇ ਪਾਸੇ ਬੋਡਰ। ਦੂਜਾ ਕਲਰ 'ਚ ਆਏਗਾ ਗ੍ਰੀਨ, ਦੇਖੋ ਕਲਰ ਕਿੰਨਾ ਪਿਆਰਾ ਜਿਹੜਾ। ਬਾਕੀ ਯਾਰ ਚੀਜ਼ਾਂ ਐਕਸਕਲੂਸਿਵ ਨੇ, ਕਲਰ ਮੈਚਿੰਗ ਬਹੁਤ ਸੁਪਰ ਡੁਪਰ ਹੈ। 8 ਨੰਬਰ ਆਈਟਮ 2720 ਰੁਪਈਏ ਜੀ, ਸਿਰਫ 2720। ਲਓ ਜੀ, ਨੈਕਸਟ ਆਰਟੀਕਲ ਉਸ ਤੋਂ ਵੀ ਉੱਪਰ ਆ ਗਿਆ, ਇਹ ਵੀ ਵੋਵਨ ਦੇ ਵਿੱਚ ਆਈਟਮ ਆ ਗਏ ਜੀ, ਫਿਰ ਪਿਓਰ ਬੈਂਗਲੌਰੀ ਜੋਰਜਟ ਦੇ ਵਿੱਚ। ਮੈਸੂਰ ਜੋਰਜਟ ਵੀ ਕਹਿ ਰਹਿੰਦੇ ਨੇ ਉਹਨੂੰ, ਬੈਂਗਲੌਰ ਥੋੜ੍ਹਾ ਜਿਹਾ ਹੁਣ ਨਵਾਂ ਨਾਮ ਹੋ ਗਿਆ ਨਾ ਮੈਸੂਰ, ਕਿਸੇ ਨੂੰ ਪਤਾ ਕਿਸੇ ਨੂੰ ਨਹੀਂ ਪਤਾ। ਹਾਂਜੀ ਪਤਾ ਸਭ ਨੂੰ ਹੈ, ਖੈਰ ਐਸੀ ਗੱਲ ਨਹੀਂ, ਪਰ ਉੱਥੇ ਵੀਵਿੰਗ ਹੁੰਦੀ ਹੈ, ਨਹੀਂ ਪਤਾ ਕਿਸੇ ਨੂੰ, ਬੈਂਗਲੌਰੀ ਸਾਰੀ ਵੀਵਿੰਗ ਹੁੰਦੀ ਇਸ ਤਰ੍ਹਾਂ ਜਿਹੜੀ। ਇਹ ਵਿੱਚ ਬਾਂਧਨੀ ਆ ਗਈ ਇਹਦੇ 'ਚ ਬਣੀ ਹੋਈ, ਮਤਲਬ ਵਿੱਚ ਪ੍ਰਿੰਟ ਵੀ ਨਾਲ ਆ ਗਿਆ ਨਾ, ਆਹ ਦੇਖੋ ਰੇਸ਼ਮ ਵੀ ਆ ਗਿਆ ਅਤੇ ਜ਼ਰੀ ਵੀ ਆ ਗਈ, ਆਹ ਨੀਚੇ ਬੋਰਡਰ ਆ ਗਿਆ। ਇਹ ਪੂਰੀ ਸ਼ਰਟ ਦਾ ਫਰੰਟ ਆਏਗਾ, ਤੁਸੀਂ ਮਤਲਬ ਘੇਰਾ ਸਾਰਾ ਵੀ ਰੱਖ ਸਕਦੇ ਹੋ, ਔਰ ਤੁਹਾਨੂੰ ਘੇਰਾ ਜ਼ਿਆਦਾ ਲੱਗਦਾ ਆਪਾਂ ਇੰਨਾ ਕੁ ਵੀ ਰੱਖ ਸਕਦੇ ਹਾਂ, ਠੀਕ ਹੈ ਨਾ, ਲਾਈਕਿੰਗ ਤੁਹਾਡੀ ਆ। ਫੁੱਲ ਬਾਜ਼ੂ, 4 ਸਾਈਡ ਦੁਪੱਟਾ ਵਿੱਚ ਸਾਰੀ ਵੀਵਿੰਗ। ਦੂਜਾ ਮਤਲਬ ਕਲਰ ਦੋਨੇ ਮਿਲਦੇ ਜੁਲਦੇ ਨੇ, ਮੋਵਿਸ਼ 'ਤੇ ਆ ਉਹ ਗਾਜਰੀ 'ਤੇ ਆ ਜਿਹੜਾ, ਔਰ ਪ੍ਰਾਈਜ਼ ਵੀ ਬਹੁਤ ਸੋਹਣਾ। ਪਿਓਰ ਜੋਰਜਟ 9 ਨੰਬਰ ਆਈਟਮ 4800 ਰੁਪਈਏ, 4800। ਹਾਂਜੀ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਇਹਦੀ ਥੋੜ੍ਹੀ ਦੂਜੀ ਐਪ ਤੋਂ ਪੈ ਰਹੀ ਨਾ, ਹੁਣ ਨਾਮ ਇੱਥੇ ਘੱਟ ਆਉਂਦੇ ਨੇ। ਲਓ ਜੀ, ਕਿਹਾ ਵੀ ਚੀਜ਼ ਦੇਖਣਾ, ਅੱਡੇ ਕੋਈ ਵੀ ਚੀਜ਼ ਬਹੁਤ ਸੁਪਰ ਡੁਪਰ ਜਾ ਰਹੀ ਹੈ। ਪਿਓਰ ਮਸਲੀਨ ਦੇ ਉੱਤੇ ਸ਼ੈਡੋ ਦੇ ਵਿੱਚ ਆਈਟਮ ਹੈ ਜੀ ਇਹ।
ਇਹ ਸਾਰਾ ਪਿਓਰ ਸ਼ੈਡੋ ਦਾ ਕੰਮ ਹੈ ਜੀ। ਇਹ ਸਾਈਡਾਂ 'ਤੇ ਚਿਕਨਕਾਰੀ ਆ ਗਿਆ, ਇੱਕ ਲਾਈਨ ਉੱਪਰ ਤੱਕ ਇਹ ਹੈਵੀ ਕੰਮ ਆ ਗਿਆ। ਉੱਪਰ ਨੈਕ ਤੁਸੀਂ ਆਪਣੀ ਮਰਜ਼ੀ ਨਾਲ ਦੇਣਾ। ਇਹ ਸੇਮ ਕੰਮ ਬੈਕ 'ਤੇ ਬੂਟੀ ਆਏਗੀ, ਫੁੱਲ ਬਾਜੂ ਦੀ ਆਪਸ਼ਨ ਹੈ। ਪਿਓਰ ਸ਼ਿਫੋਨ ਦੀ ਚੁੰਨੀ ਹੈ, ਹਲਕੀ ਹਲਕੀ ਸਾਈਡਾਂ 'ਤੇ ਲੇਸ ਹੈ, ਨਾਲ ਮੁਕੈਸ਼ ਹੈ। ਦੂਜਾ ਇਹਦੇ 'ਚ ਇੱਦਾਂ ਮੋਹ ਵਿਕਲ ਹੈਗਾ, ਇਹ ਥੋੜ੍ਹਾ ਡਿਜ਼ਾਇਨ ਚੇਂਜ ਹੈ, ਕੰਸੈਪਟ ਸੇਮ ਹੈ, ਰੇਟ ਸੇਮ ਹੈ। ਪਿਓਰ ਮਸਲੀਨ ਦੇ ਉੱਤੇ 10 ਨੰਬਰ ਆਈਟਮ 9010। ਪਹਿਲਾ ਆਈਟਮ 8500 ਸਾਈਜ਼ 'ਚ, ਉਹ ਡਿਜ਼ਾਇਨ ਥੋੜ੍ਹਾ ਚੇਂਜ ਸੀਗਾ ਜੀ। ਇਹ 9000 'ਚ ਆਇਆ, ਥੋੜ੍ਹਾ ਦਿਨ ਹੈਵੀ ਉਹਦੇ ਨਾਲ। ਲਓ ਜੀ, ਟਿਸ਼ੂ ਸ਼ਿਮਰ ਉੱਤੇ ਆਈਟਮ ਆਈ ਹੈ, ਦੇਖਣਾ ਜਰਾ। ਇੱਥੇ ਬੂਟੀ ਆਏਗੀ ਸਾਰੀ ਆਰੀ ਦੀ, ਨਾਲ ਨਾਲ ਵਾਈਟ ਪਰਲ ਹੈ। ਇਹ ਉੱਪਰ ਨੈੱਕ ਆ ਗਿਆ, ਰਾਊਂਡਿੰਗ ਨੈੱਕ ਆਏਗਾ ਸਾਰਾ ਇਸ ਤਰ੍ਹਾਂ। ਪਿੱਛੇ ਸਾਰਾ ਪਲੇਸਿੰਗ ਆ ਗਿਆ। ਦੁਪੱਟੇ 'ਤੇ ਪੂਰੀ ਲੈਂਥ ਵਾਲੇ ਪਾਸੇ ਆਰੀ ਦਾ ਕੰਮ ਹੈ, ਸਕੈਲਪਿੰਗ ਹੈ, ਵਿੱਚ ਬੂਟੀ ਹੈ, ਟਿਸ਼ੂ ਸ਼ਿਮਰ ਦੀ ਸ਼ਰਟ ਹੈ, ਸਿਲਕ ਦੀ ਬੋਟਮ ਹੋਏਗੀ, ਔਰਗੈਂਜ਼ਾ ਦੀ ਚੁੰਨੀ ਹੈ। ਅਲਟੀਮੇਟ ਪੀਸ ਹੈ, 11 ਨੰਬਰ ਆਈਟਮ, 3250 ਰੁਪਈਏ ਸਿਰਫ। ਇਹ ਸਿੰਗਲ ਸਿੰਗਲ ਪੀਸ ਆਉਣਗੇ ਉਹਦੇ ਵਿੱਚ। ਲਓ ਜੀ, ਇਹ ਵੀ ਦੇਖੋ, ਸ਼ਿਮਰ ਦੇ ਉੱਤੇ ਆਈਟਮ ਆਈ ਹੈ, ਦੁਪੱਟਾ ਵੀ ਨਾਲ ਸਾਰਾ ਐਮਬਰਾਇਡਰੀ ਦੇ ਵਿੱਚ ਹੈ। ਇਹ ਸਾਰਾ ਸ਼ਿਮਰ ਦੇ ਵਿੱਚ ਆਈਟਮ ਆਏਗੀ। ਇਹਦੇ ਉੱਤੇ ਸਾਰੀ ਸਟਾਰ ਬੂਟੀ ਹੈ, ਵੀ ਨੈੱਕ ਆ ਗਿਆ ਸਾਰਾ, ਡੋਰੀ ਦਾ ਕੰਮ ਹੈ, ਪਿੱਟਾ ਦਾ ਕੰਮ ਹੈ, ਦੁਪੱਟੇ 'ਤੇ ਪੂਰੀ ਐਮਬਰਾਇਡਰੀ ਆਏਗੀ ਦੋਨੇ ਪਾਸੇ, ਲੈਂਥ ਵਾਲੇ ਪਾਸੇ। ਔਰਗੈਂਜ਼ਾ ਜੋਰਜਟ ਦੀ ਚੁੰਨੀ ਹੈ, ਸ਼ਿਮਰ ਕੋਟਨ ਦੀ ਸ਼ਰਟ ਹੈ, ਉੱਪਰ ਪੂਰੀ ਬੂਟੀ ਹੈ। ਮਤਲਬ ਅਲਟੀਮੇਟ ਚੀਜ਼ ਆਈ ਲਈ, ਖਾਲੀ 5 ਮੀਟਰ ਕੱਪੜਾ ਰਹੀ ਹੈ ਨਾ ਜੀ, ਉਹ ਵੀ ਜਾਂਦਾ। ਇਸ ਭਾਅ ਆਪਾਂ ਨੂੰ ਤਾਂ ਸੂਟ ਕਢਾਈ ਕੀਤਾ, ਦੁਪੱਟਾ ਤਿਆਰ, ਸਭ ਕੁਝ ਮਿਲਦਾ ਪਿਆ ਜੀ। 12 ਨੰਬਰ ਆਈਟਮ 3750 ਰੁਪਈਏ ਜੀ। ਉਹ ਜੀ ਕਿਹਾ ਵੀ ਦੇਖੋ, ਇਹ ਵੀ ਚੀਜ਼ ਬਹੁਤ ਪਿਆਰੀ ਹੈ। ਸਾਡੇ ਕੋਲ ਚੀਜ਼ਾਂ ਬਿਲਕੁਲ ਮੈਡਮ ਤੁਹਾਨੂੰ ਸੁਪਰ ਹੀ ਮਿਲਣੀਆਂ ਜੀ, ਕਿਉਂਕਿ ਸਾਨੂੰ ਸ਼ੌਂਕ ਹੈ ਵੀ ਮਾਲ ਨਵੇਂ ਨਵੇਂ ਲਿਆ ਕੇ ਵੇਚੀਏ ਜੀ। ਆਹ ਦੇਖੋ, ਪੂਰੀ ਸ਼ਰਟ ਦਾ ਫਰੰਟ ਹੈ, ਵੀਵਿੰਗ ਦੇ ਵਿੱਚ ਹੈ ਇਹ, ਠੀਕ ਹੈ ਜੀ। ਨੀਚੇ ਬਨਾਰਸੀ ਟੱਚਿੰਗ ਆ ਗਈ ਇਹਦੇ ਵਿੱਚ, ਉਹਦੇ ਉੱਪਰ ਫਿਰ ਐਮਬਰਾਇਡਰੀ ਆ ਗਈ ਹਲਕੀ ਹਲਕੀ। ਆਹ ਬੈਕ 'ਤੇ ਮਤਲਬ ਖਾਲੀ ਪ੍ਰਿੰਟਿੰਗ ਆ, ਫਰੰਟ 'ਤੇ ਬਨਾਰਸੀ ਹੈ। ਫਿਰ ਇਹਦੇ ਉੱਪਰ ਕੰਮ ਦੇਖੋ ਕੀਤਾ, ਬਿਲਕੁਲ ਬਰੀਕੀ ਦਾ ਕੰਮ ਆ ਗਿਆ ਇਹ 'ਚ। ਸਾਰਾ ਕੰਮ ਕੀਤਾ ਦਬਕੇ ਦਾ, ਨੋਟ ਦਾ, ਕੜਦਾਨੇ ਦਾ ਅਤੇ ਪਲਸ ਦਾ। ਇਹ ਨਾਲ ਦੁਪੱਟਾ ਆਏ ਹੋਏ, ਦੁਪੱਟਾ ਵੀ ਸਾਰਾ ਇਸ ਤਰ੍ਹਾਂ ਗ੍ਰੇ ਕਲਰ ਦਾ, ਚਾਰੇ ਪਾਸੇ ਵੀਵਿੰਗ ਹੈ, ਪਾਈਪਿੰਗ ਲੱਗੀ ਹੋਈ ਹੈ। ਆਹ ਲੋਕ ਪੂਰੇ ਆਰਟੀਕਲ ਦੀ ਆਈਟਮ ਨੰਬਰ 13, ਪ੍ਰਾਈਸ ਪਏਗਾ 4280 ਰੁਪਈਏ। ਉਹ ਜੀ, ਸ਼ਿਮਰ ਟਿਸ਼ੂ ਦੇ ਵਿੱਚ ਆਈਟਮ ਆਏਗੀ, ਆਰੀ ਦਾ ਕੰਮ ਆਏਗਾ, ਨਾਲ ਨਾਲ ਵਾਈਟ ਪਰਲ ਦਾ ਕੰਮ ਆਏਗਾ ਹਲਕਾ ਹਲਕਾ। ਨੈੱਕ ਆਏਗਾ ਬਹੁਤ ਬਰੀਕੀ ਦਾ, ਦੁਪੱਟਾ ਰੱਖ ਉੱਤੇ ਤੇਰਾ। ਆਹ ਨੈੱਕ ਦੇ ਉੱਤੇ ਕੰਮ ਆ ਗਿਆ ਸਾਰਾ ਹੀ ਜਿਹੜਾ। ਫਿਰ ਇੱਥੇ ਤਿੱਲੇ ਦਾ ਕੰਮ, ਲਾਈਟ ਗੋਲਡਨ ਵਾਈਟ ਪਰਲ ਆ ਗਿਆ। ਆਹ ਲੈਂਥ ਵਾਲੇ ਪਾਸੇ ਪੂਰੀ ਐਮਬਰਾਇਡਰੀ ਦੁਪੱਟੇ ਦੇ ਵਿੱਚ, ਬਿਲਕੁਲ ਨਵੀਆਂ ਚੀਜ਼ਾਂ ਲੈ ਕੇ ਆਈਆਂ। ਇੱਕੋ ਹੀ ਪੀਸ ਆਇਆ ਸੀ, ਤੁਹਾਨੂੰ ਸ਼ੋਅ ਕਰ ਰਿਹਾ। 14 ਨੰਬਰ ਆਈਟਮ ਸਿਰਫ 3450 ਰੁਪਈਏ 'ਚ। ਉਹਦੀ ਇਹ ਵੀ ਦੇਖੋ, ਇੱਕ ਵੀਵਿੰਗ ਦੇ ਵਿੱਚ ਆਈਟਮ ਆਈ ਹੈ ਸਾਰੀ, ਦੁਪੱਟਾ ਫੈਂਸੀ ਆਏਗਾ। ਸ਼ਰਟ ਦੇ ਉੱਤੇ ਬਿਲਕੁਲ ਬਾਰੀਕ ਜਿਹਾ ਕੰਮ ਹੈ ਸਾਰਾ ਹੀ ਜਿਹੜਾ। ਆਹ ਦੇਖੋ, ਸਾਰੀ ਐਮਬਰਾਇਡਰੀ ਹੈ, ਪਿੱਟਾ ਵਰਕ ਦੇ ਵਿੱਚ ਬੂਟੀ ਆਏਗੀ, ਇਹ ਕਲਰ ਹੀ ਬਹੁਤ ਪਿਆਰਾ ਜਿਹੜਾ। ਆਹ ਦੇਖੋ, ਸਾਰਾ ਰੇਸ਼ਮ ਦਾ ਕੰਮ ਹੈ, ਪਹਿਲਾਂ ਤਿੱਲੇ ਦਾ, ਉਹਦੇ ਉੱਪਰ ਕਾਮਦਾਨੀ ਮੁਕੈਸ਼ ਲੁੱਕ ਦਿੱਤੀ ਐਮਬਰਾਇਡਰੀ। ਇਹ ਉੱਪਰ ਕੁੜਤਾ ਪੱਟੀ ਨੈੱਕ ਆ ਗਿਆ, ਇਹ ਨਾਲ ਦੁਪੱਟਾ ਆ ਗਿਆ ਵੋਵਨ ਦੇ ਵਿੱਚ। ਦੁਪੱਟਾ ਸਾਰਾ ਪ੍ਰਿੰਟਿੰਗ ਦੇ ਵਿੱਚ ਹੈ, ਵੀਵਿੰਗ ਦੇ ਵਿੱਚ ਹੈ। ਇਹ ਹੈਗਾ ਮਤਲਬ ਨਵਾਂ ਜਿਹਾ ਕਲਰ ਹੈ, ਪਿੰਕ ਪਰਪਲ ਪਿੰਕ ਜਿਹਾ ਕਲਰ ਹੈ, ਬਹੁਤ ਪਿਆਰਾ ਪੀਸ ਹੈ। 15 ਨੰਬਰ ਆਈਟਮ 3600 ਰੁਪਈਏ ਸਿਰਫ।
ਉਹ ਜੀ ਕਿਹਾ ਵੀ ਸ਼ਿਮਰ ਟਿਸ਼ੂ ਦੇ ਉੱਤੇ ਆਈਟਮ ਹੈਗਾ, ਸਿਰਫ ਹਲਕਾ ਜਿਹਾ ਨੈਕ ਵਰਕ ਹੈ, ਦੁਪੱਟਾ ਬਹੁਤ ਪਿਆਰਾ ਜੀ ਭਾਈ। ਦੇਖੋ ਹੈਂਡ ਵਰਕ ਸਾਰਾ ਡਬਕੇ ਦਾ ਕੰਮ ਹੈ, ਸਪਰਿੰਗ ਦਾ, ਵਾਈਟ ਸਿੱਪੀ, ਵਾਈਟ ਪਰਲ, ਨੋਟ ਦਾ ਕੰਮ, ਰੇਸ਼ਮ ਦਾ। ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ, ਦੁਪੱਟੇ ਦੇ ਪੂਰੀ ਲੈਂਥ ਵਾਲੇ ਪਾਸੇ ਕਾਮਦਾਨੀ ਐਮਬਰਾਇਡਰੀ ਵਿੱਚ ਸਾਰਾ ਕ੍ਰੋਸ ਸਟਿਚ ਦਾ ਕੰਮ। ਦੇਖੋ ਇਹ ਚੀਜ਼ਾਂ ਐਕਸਕਲੂਸਿਵ ਨੇ ਸਾਡੀ ਦੁਕਾਨ ਦੀਆਂ ਜਿਹੜੀਆਂ। ਲਓ ਜੀ ਆਹ ਲੁੱਕ ਆਏਗੀ, 16 ਨੰਬਰ ਆਈਟਮ ਸਿਰਫ 3720 ਰੁਪਈਏ। ਲਓ ਜੀ ਹੁਣ ਥੋੜ੍ਹਾ ਜਿਹਾ ਪੀਸ ਡਿਫਰੈਂਟ ਕਰਨ ਲੱਗਿਆ, ਇਹ ਉਹ ਪੀਸ ਪਾਉਣਾ ਸੀ, ਚੱਲ ਕੋਈ ਨਾ ਦੇ। ਇੱਕ ਹੈ ਪਿਓਰ ਮਲਸ ਦੇ ਉੱਤੇ ਆਈਟਮ ਆਈ ਹੈ, ਇਹ ਵੀ ਆਈਟਮ ਸਾਡੀ ਬਹੁਤ ਪਾਸ ਆਈ ਹੈ, ਮੈਂ ਤੁਹਾਨੂੰ 20-25 ਦਿਨਾਂ ਬਾਅਦ ਮਾਲ ਆਇਆ। ਪਿਓਰ ਮਲਸ ਕੋਟਨ ਹੈ, ਪਿੱਛੇ ਖਿਚਵਾਉਣਾ ਪੀਸ ਨੈਕ ਨੂੰ। ਬਸ 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 ਇਹ ਪੈਚ ਲਿੱਤਾ ਸਾਰਾ ਨੀਚੇ ਜੀ, ਉਹਦੇ ਉੱਤੇ ਆਰੀ ਦਾ ਕੰਮ ਕੀਤਾ ਹੈ, ਫਿਰ ਉੱਥੇ ਉੱਪਰ ਨੈਕ 'ਤੇ ਪੈਚ ਦਿੱਤਾ ਹੈ, ਉੱਤੇ ਆਰੀ ਦਾ ਕੰਮ ਹੈ। ਸਾਰੀ ਬੂਟੀ ਆਏਗੀ, ਦੁਪੱਟੇ ਦੋਨੇ ਕੋਰਨਰ 'ਤੇ ਪੇਸਲੀ ਵਾਲੀਆਂ, ਚਾਰੇ ਪਾਸੇ ਸਕੈਲਪਿੰਗ ਆਏਗੀ। ਪਿਓਰ ਮਲਸ ਦੀ ਸ਼ਰਟ, ਸੇਮ ਚੁੰਨੀ, ਕੋਟਨ ਦੀ ਬੋਟਮ, 17 ਨੰਬਰ ਆਈਟਮ, 7460 ਰੁਪਈਏ। ਲਓ ਜੀ ਇਹ ਵੀ ਸ਼ਿਮਰ ਦੇ ਉੱਤੇ ਆਰੀ ਦਾ ਕੰਮ ਆਏਗਾ, ਗੋਲ ਆਰੀ ਦਾ। ਨੈਕ ਉੱਤੇ ਦੇਖੋ ਗੋਲ ਆਰੀ ਦਾ ਕੰਮ, ਸਾਰਾ ਪਹਿਲਾਂ ਆਰੀ ਦਾ ਕੰਮ ਹੈ, ਉਹਦੇ 'ਚ ਚਾਂਦਰੇ ਦਾ ਕੰਮ ਹੈ, ਸਿੱਪੀ ਦਾ, ਕੜਦਾਨੇ ਦਾ, ਪਰਲ ਦਾ। ਠੀਕ ਹੈ ਜੀ, ਕੁੜਤਾ ਪੱਟੀ ਨੈਕ ਆ ਗਿਆ, ਫੁੱਲ ਬਾਜੂ ਦੀ ਆਪਸ਼ਨ ਹੈ, ਦੁਪੱਟਾ ਜੋਰਜਟ ਔਰਗੈਂਜ਼ਾ ਦਾ, ਪੂਰੀ ਆਰੀ ਦਾ ਜਾਲ ਹੈ ਜੀ ਇਹਦਾ, ਅਤੇ ਖਾਲੀ 3-3 ਹਜ਼ਾਰ ਦੇ, 4-4 ਹਜ਼ਾਰ ਦੇ ਖਾਲੀ ਦੁਪੱਟੇ ਆਉਂਦੇ ਨੇ, ਪੂਰਾ ਜਾਲ, ਚਾਰੇ ਪਾਸੇ ਬਾਰਡਰ। ਆਹ ਲੁੱਕ ਆਏਗੀ, ਗੋਲਡਨ ਕਲਰ ਹੈ, ਯੈਲੋ ਗੋਲਡਨ, ਜਿਵੇਂ ਆਪਾਂ ਹਲਦੀ ਮਹਿੰਦੀ ਦੇ ਫੰਕਸ਼ਨ ਵਾਸਤੇ ਕੁੜੀਆਂ ਨੇ ਪਾਉਣਾ ਹੋਵੇ ਨਾ, ਬਹੁਤ ਸੋਹਣਾ ਕਲਰ ਆਊਗਾ ਪਾਇਆ ਹੋਇਆ। ਨੀਚੇ ਪਲਾਜ਼ੋ ਬਣਾ ਲਓ, ਪੈਂਟ ਬਣਾ ਲਓ, ਜੋ ਮਰਜ਼ੀ ਬਣਾ ਲਓ, ਮਤਲਬ ਕਰਦਾ ਫੰਕਸ਼ਨ ਹੈ, ਰੇਟ ਵੀ ਠੀਕ ਹੈ, ਲੁੱਕ ਵੀ ਵਧੀਆ। 3900 ਦਾ ਥੋੜ੍ਹਾ ਸਿਰਫ ਜੀ, 18 ਨੰਬਰ ਆਈਟਮ। ਲਓ ਜੀ ਇੱਕ ਆਈਟਮ ਹੈ ਸਾਡੀ, ਸੁਪਰ ਆਈਟਮ ਹੈ ਜੀ, ਕੰਟਰਾਸਟ ਵੀ ਤੁਹਾਡੇ ਵਾਸਤੇ ਸੁਪਰ ਕੱਢ ਕੇ ਲੈ ਕੇ ਆਇਆ ਜੀ ਮੈਂ। ਲਓ ਜੀ ਪਿਓਰ ਮਲਸ ਦੇ ਉੱਤੇ ਆਈਟਮ ਹੈ ਜੀ, ਟੇਪਚੀ ਵਰਕ ਹੈ ਸਾਰਾ ਜੀ, ਇਹਦਾ ਮੋਵ ਕਲਰ ਹੈ ਜੀ, ਇਹਦਾ ਮਟੈਲਿਕ ਮੋਵ ਕਲਰ, ਸਾਰਾ ਰੇਸ਼ਮ ਦਾ ਕੰਮ ਹੈ, ਦੋ ਤਰ੍ਹਾਂ ਦਾ ਰੇਸ਼ਮ ਲੱਗਿਆ, ਹਲਕਾ ਹਲਕਾ ਤਿੱਲਾ ਟੱਚਿੰਗ ਨੀਚੇ ਘੇਰਾ, ਇਹ ਕ੍ਰੋਸ ਸਟਿਚ ਆ ਗਿਆ, ਪੈਨਲ ਆ ਗਿਆ ਸਾਈਡਾਂ 'ਤੇ, ਫਿਰ ਚੈੱਕ ਆ ਗਿਆ, ਇਹ ਉੱਪਰ ਬਿਲਕੁਲ ਬਰੀਕ ਜਿਹਾ ਨੈਕ ਆ ਗਿਆ ਰੇਸ਼ਮ ਦੇ ਨਾਲ ਹੀ ਸਾਰਾ। ਇਹਦੀ ਦੁਪੱਟਾ ਫੜ ਲਾ, ਬਸ ਇਹਦੀ ਦੁਪੱਟਾ ਫੜ ਲਾ। ਆਹ ਦੇਖੋ ਨਾਲ ਦੁਪੱਟਾ, ਦੁਪੱਟੇ 'ਤੇ ਬਟਰਫਲਾਈ ਹੈ ਐਮਬਰਾਇਡਰੀ ਦੇ ਵਿੱਚ, ਐਕਸਕਲੂਸਿਵ ਤੁਹਾਨੂੰ ਚੀਜ਼ਾਂ ਮਿਲਣੀਆਂ ਸਾਡੇ ਕੋਲ ਜਿਹੜੀਆਂ। ਹਾਂਜੀ ਆਈਟਮ ਨੰਬਰ 19 ਪ੍ਰਾਈਜ਼ ਪਏਗਾ 5570। ਲਓ ਜੀ ਦੋ ਪੀਸ ਮੇਰੇ ਕੋਲ ਸਿਲਕ ਦੇ ਵਿੱਚ ਆਏ ਨੇ, ਇਹ ਡਿਸਕਾਊਂਟ ਪ੍ਰਾਈਜ਼ ਦੇ ਵਿੱਚ ਆਏ ਨੇ, ਮੈਂ ਕਿਹਾ ਤੁਹਾਨੂੰ ਨਾਲ ਨਾਲ ਸ਼ੋਅ ਕਰਦੀ ਹੈ। ਪਿਓਰ ਚਮੰਡੀ ਸਿਲਕ ਹੈ ਜੀ ਜਿਹੜੀ, ਤੁਸੀਂ ਚਮੰਡੀ ਸਿਲਕ ਪਾਉਂਦੇ ਹੋ, ਤੁਹਾਨੂੰ ਪਤਾ ਹੀ ਹੈ ਵੀ ਘੱਟੋ ਘੱਟ ਵੀ 1000 ਰੁਪਏ ਮੀਟਰ ਰੇਟ ਹੈ ਚਮੰਡੀ ਦਾ। ਇਹ ਪਿਓ ਜੀ ਤੁਹਾਨੂੰ ਪਿਓਰ ਕਹਾਂਗੇ ਤਾਂ ਪਿਓਰ ਹੀ ਹੋਏਗੀ ਜੀ, ਪਿਓਰ ਚਮੰਡੀ ਸਿਲਕ ਹੈ, ਮਤਲਬ 5 ਮੀਟਰ ਕੱਪੜਾ ਲਈਏ ਤਾਂ 5000 ਦਾ ਖਾਲੀ ਕੱਪੜਾ ਹੀ ਬਣਦਾ ਜੀ ਇਹਦਾ। ਫਿਰ ਉਹਦੇ ਉੱਪਰ ਸਾਰੀ ਐਮਬਰਾਇਡਰੀ ਹੈ, ਕੰਪਿਊਟਰਾਈਜ਼, ਇਹ ਸਾਰਾ ਨੀਚੇ ਹੈਂਡਵਰਕ ਦੀ ਬੇਲ ਆਏਗੀ ਨੀਚੇ, ਦੇਖੋ ਇਹ 'ਚ ਦਬਕੇ ਦਾ ਕੰਮ ਹੈ, ਕੜਦਾਨੇ ਦਾ ਕੰਮ ਹੈ, ਹਲਕਾ ਹਲਕਾ ਸ਼ੀਸ਼ੇ ਦਾ ਕੰਮ ਹੈ, ਸਾਰਾ ਹੈਂਡਵਰਕ ਹੈ। ਉੱਪਰ ਪੂਰਾ ਬੂਟੀ ਦਾ ਜਾਲ ਆਏਗਾ, 1, 2, 3, 4, 3 ਦੀ ਪੂਰੀ ਲਾਈਨ ਆ ਨੈਕ ਤੱਕ, ਠੀਕ ਹੈ ਜੀ। ਅਤੇ ਆਹ ਨਾਲ ਦੁਪੱਟਾ ਹੈ, ਦੁਪੱਟਾ ਜੀ ਦੇਖੋ ਪੂਰੀ ਦੁਪੱਟੇ 'ਤੇ ਐਮਬਰਾਇਡਰੀ ਹੈ, ਔਰਗੈਂਜ਼ਾ ਉੱਤੇ ਪੂਰਾ ਚਾਰੇ ਪਾਸੇ ਬਾਰਡਰ ਹੈ। ਆਹ ਲੁੱਕ ਆਏਗੀ ਪੂਰੇ ਆਰਟੀਕਲ ਦੀ। ਆਈਟਮ ਨੰਬਰ ਅੱਜ ਦੀ ਵੀਡੀਓ ਦੀ 20 'ਤੇ ਆਪਾਂ ਨੂੰ ਸਿਰਫ 4990 ਪੈਣਾ ਜੀ, ਮਤਲਬ 5000 ਦਾ ਖਾਲੀ ਸੂਟ ਦਾ ਕੱਪੜਾ ਹੀ ਮਿਲਦਾ ਹੈ। ਚਲੋ ਅੱਗੇ ਜੀ, ਆਲਵੇਜ਼ ਵੈਰੀ ਨਾਈਸ ਕਲੈਕਸ਼ਨ ਬਲਬੀਰ ਸਟੋਰ, ਥੈਂਕ ਯੂ ਜੀ ਫਰੋਮ ਜਰਮਨੀ, ਵੈਰੀ ਗੁੱਡ ਜੀ, ਸਤਿ ਸ਼੍ਰੀ ਅਕਾਲ ਜੀ। ਕਰਮਨ ਜੀ ਸਤਿ ਸ਼੍ਰੀ ਅਕਾਲ।
ਹੈਲੋ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਊਸ਼ਾ ਜੀ, ਸਤਿ ਸ਼੍ਰੀ ਅਕਾਲ ਜੀ। ਲਓ ਜੀ, ਲਾਸਟ ਪੀਸ ਹੈ ਜੀ ਵਾਲਾ। ਇਹ ਵੀ ਸਿਲਕ ਉੱਤੇ ਆਇਆ ਜੀ ਵਾਲਾ, ਪਿਓਰ ਚਮੰਡੀ ਸਿਲਕ ਹੈ ਜੀ ਵਾਲਾ। ਕੱਪੜਾ ਤੁਹਾਡੇ ਹੱਥ 'ਚ ਆਏਗਾ, ਤੁਸੀਂ ਬਾਕੀ ਕਹਿਣਾ ਕਿ ਪਿਓਰ ਚਮੰਡੀ ਹੈ ਜੀ। ਇਹ ਪੀਸ ਸੀਗਾ ਤਕਰੀਬਨ 12-12.5 ਹਜ਼ਾਰ ਰੁਪਈਏ ਦਾ। ਸਾਰਾ ਕੰਮ ਦੇਖੋ ਕੀਤਾ ਇੱਥੇ ਜੀ ਵਾਲਾ। ਆ ਨੀਚੇ ਤਿੱਲੇ ਦਾ ਕੰਮ ਆ ਗਿਆ, ਫਿਰ ਸਾਰਾ ਰੇਸ਼ਮ ਦੇ ਕੰਮ ਆ ਗਏ ਸਾਰੇ ਇਹਦੇ 'ਚ। ਉੱਪਰ ਪੂਰੀ ਬੂਟੀ ਆ ਗਈ। ਇਹ ਥੋੜ੍ਹਾ ਜਿਵੇਂ ਨਾ ਲੇਡੀਜ਼ ਟਾਈਪ ਵੀ ਆ ਗਿਆ, ਕੋਈ ਵੀ ਮਤਲਬ ਬਣਾ ਸਕਦਾ। ਦੁਪੱਟਾ ਖੁੱਲ੍ਹ ਬੈਠੇ ਜੀ, ਦੁਪੱਟਾ ਦੇਖੋ ਜਿਹੜਾ ਜੀ, ਪਿਓਰ ਜੋਰਜੈਟ ਔਰਗੈਂਜ਼ਾ ਦੀ ਚੁੰਨੀ ਹੈ। ਔਰ ਇੱਥੇ ਪੂਰੀ ਐਮਬਰਾਇਡਰੀ ਹੈ ਚਾਰੇ ਪਾਸੇ, ਪੇਸਟਿੰਗ ਦੇ ਕੇ ਪੂਰਾ ਜਾਲ ਹੈ। ਪੀਚ ਕਲਰ ਹੈ, ਪਿਓਰ ਗੈਬਡਿਨ ਸਿਲਕ ਉੱਤੇ। 21 ਨੰਬਰ ਆਈਟਮ, 8500 ਰੁਪਈਏ ਜੀ ਵਾਲਾ। ਲਓ ਜੀ, ਇਹ ਤੁਹਾਨੂੰ ਹਾਏ ਅੱਜ ਤਕਰੀਬਨ 21 ਪੀਸ ਸੀਗੇ। ਅਤੇ ਨੰਬਰ ਇੱਕ ਵਾਰੀ ਫੇਰ ਨੋਟ ਕਰੋ ਜੀ, ਇਹ ਨੰਬਰ ਨੇ ਸਟੋਰ ਦੇ। ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਇਹਨਾਂ ਨੰਬਰਾਂ 'ਤੇ ਹੀ ਕੰਟੈਕਟ ਕਰਨਾ ਵਾ, ਇਹਨਾਂ ਨੰਬਰਾਂ 'ਤੇ ਹੀ ਪਿਕ ਭੇਜਣੀ ਹੈ, ਤਾਂ ਕਿ ਤੁਹਾਨੂੰ ਜਲਦੀ ਰਿਸਪੋਂਸ ਮਿਲ ਸਕੇ, ਥੋੜ੍ਹਾ ਜਲਦੀ ਪਾਰਸਲ ਨਿਕਲ ਸਕੇ। ਅਤੇ ਅਗਰ ਤੁਸੀਂ ਹੋਲਸੇਲ ਦੇ ਵਿੱਚ ਬਾਏ ਕਰਨਾ ਚਾਹੁੰਦੇ ਹੋ, ਫਿਰ ਸਾਰਾ ਹੋਲਸੇਲ ਦੇ ਵਾਸਤੇ ਆ। ਦੋ ਨੰਬਰ ਅਸੀਂ ਤੁਹਾਨੂੰ ਦਿਖਾਉਂਦੇ ਹਾਂ, ਇਹਨਾਂ ਨੰਬਰਾਂ 'ਤੇ ਤੁਸੀਂ ਹੋਲਸੇਲ ਵਾਸਤੇ ਪਰਚੇਸਿੰਗ ਕਰ ਸਕਦੇ ਹੋ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ, ਬਾਏ ਬਾਏ ਜੀ।